ਤੇ ਉਧਰੋਂ ਮਿੰਟੂ ਜੀ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੀਵਾਲ ਜੀ ਆ ਵੈਸੇ ਤਾਂ ਉਹ ਖਾਸੇ ਐਕਟਿਵ ਨੇ ਹੁਣ ਵੀ ਤਾਂ ਹੁਣ ਉਹਨਾਂ ਨੇ ਕਹਿੰਨੇ ਕਿ ਉਧਰੋਂ ਰਾਜ ਸਭਾ ਵਾਲੇ ਪਾਸੇ ਤੇ ਛੁੱਟੀ ਲੈ ਲਈ ਹੈ ਜੀ ਕਹਿੰਨੇ ਕਿ ਬਾਈ ਨਹੀਂ ਆਏ ਜਾਣਾ ਸਾਡੇ ਤੋਂ ਹਾਂਜੀ ਇਹਨਾਂ ਨੇ ਲੈਟਰ ਲਿਖਿਆ ਜੀ ਲੈਟਰ ਅੰਗਰੇਜ਼ੀ ਚ ਲਿਖਿਆ ਵੈਸੇ ਪੰਜਾਬੀ ਦੀ ਚੜ੍ਹ ਤੇ ਉਹਨਾਂ ਨੇ ਜ਼ਰੂਰ ਕੀਤੀ ਸੀਗੀ ਜਾਂ ਸਾਧਨ ਚ ਹਾਂ ਪੰਜਾਬੀ ਹੈ ਤੇ ਵੈ ਬੋਲਦੇ ਵੀ ਚਲੋ ਇਹ ਹੈ ਕਿ ਪੰਜਾਬੀ ਚ ਹੀ ਗੱਲਬਾਤ ਕਰਦੇ ਜ਼ਿਆਦਾਤਰ ਤੇ ਪੰਜਾਬੀ ਚ ਹੀ ਕਰਦੇ ਤੇ ਪੰਜਾਬੀ ਚ ਗੱਲਬਾਤ ਕਰਦੇ ਫਿਰ ਲੈਟਰ ਲੈਟਰ ਵਾਲੇ ਪਾਸੇ ਕਿਵੇਂ ਫਿਰ ਰਾਜ ਸਭਾ ਦੇ ਚੇਅਰਮੈਨ ਨੂੰ ਲਿਖਿਆ ਹੋਵੇਗਾ ਨਾ ਹ ਉਹ ਹੁਣ ਪੰਜਾਬੀ ਥੋੜਾ ਉਹ ਥੋੜੀ ਹੁਣ ਮਲੇਰਕੋਟਲੇ ਪੜਿਆ ਪਰ ਗੱਲ ਇਹ ਚਲੋ ਠੀਕ ਹੈ ਜੀ ਹਿੰਦੀ ਚ ਲਿਖਦੇ ਤਾਂ ਹੋਰ ਵੱਧਰ ਵਾਲਾ ਪੈਣਾ ਸੀ ਹਾਂ ਅਨਵਾਦ ਤੇ ਹੋ ਸਕਦਾ ਹੈ ਜੇ ਤੁਸੀਂ ਲਿਖਣਾ ਚਾਹੋ ਵੈਸੇ ਗੱਲਾਂ ਚਲੋ ਉਹ ਨਹੀਂ ਹੈ ਵੱਡੀ ਗੱਲ ਐਸ ਵੇਲੇ ਆ ਵੱਡੀ ਗੱਲ ਜਿਹੜੀ ਹੈ ਉਹ ਇਹ ਆ ਕਿ ਇਹਨਾਂ ਨੇ ਛੁੱਟੀ ਮੰਗੀ ਆ ਕਿ ਜਿਹੜਾ ਅੱਜ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਜੀ ਸਦਨ ਦਾ ਜੀ ਕਿ ਭਾਈ ਇਹ ਤੋਂ ਸਾਨੂੰ ਦਿਓ ਛੁੱਟੀ ਕਿਉਂਕਿ ਇੱਥੇ ਹੜਾ ਆਇਆ ਇਹਨਾਂ ਨੇ ਮੈਂਸ਼ਨ ਕੀਤਾ 19 ਜਿਲ੍ਹੇ ਜੀ ਇਹ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਮੀਡੀਆ ਦਿਖਾ ਰਿਹਾ 14 ਜ਼ਿਲ੍ਹੇ ਇਫੈਕਟਡ ਹੈ ਹਾਂਜੀ ਪ੍ਰਭਾਵ ਹਾਂਜੀ ਪਰ ਇਹਨਾਂ ਨੇ ਅੰਕੜਾ ਜਿਹੜਾ ਇਸਤੇਮਾਲ ਕੀਤਾ 19 ਦਾ ਹੈ ਅੱਛਾ ਇਹਦੇ ਨੇ 5 ਜ਼ਿਲ੍ਹੇ ਹੋਰ ਮਤਲਬ ਤਾਂ ਇਹਦਾ ਮਤਲਬ ਕਿ ਜਿਹੜੇ ਆਪਾਂ ਕੱਲ ਜ਼ਿਲ੍ਹੇ ਗਿਣੇ ਸੀਗੇ ਉਹੀ ਬਚੇ ਆ ਮਲੇਰਕੋਟਲਾ ਬਰਨਾਲਾ ਤੇ ਬਠਿੰਡਾ ਮੁਕਸਰ ਬਾਕੀਆਂ ਨੂੰ ਕਿਤੇ ਨਾ ਕਿਤੇ ਹੜ ਜਿਹੜਾ ਥੋੜੀ ਜਾਂ ਬਹੁਤੀ ਮਾਰ ਮਾਰ ਗਿਆ ਇਹੀ ਹੈ ਤਿੰਨ ਚਾਰ ਜ਼ਿਲ੍ਹੇ ਆਪਾਂ ਜੇ ਛੱਡ ਦਈਏ ਆ ਬਿਲਕੁਲ ਜਿਹੜੇ ਕਹ ਲੋ ਕਿ ਪੈਨਲ ਨਾਲ ਲੱਗਦੇ ਹੁੰਦੇ ਆ ਹਾਂਜੀ ਚਲੋ 19 ਐ 18 ਐ ਉੱਥੇ ਜਾਣਦੇ ਪਰ ਮੈਂ ਉਹ ਪੜ ਰਿਆ ਸੀਗਾ ਉਹ ਪੰਛੀ ਚਾਤ ਜੀ ਮਾਰੀ ਮੈਂ ਇਹਨਾਂ ਦੇ ਲੈਟਰ ਤੇ ਜੀ ਅੱਛਾ ਚਲੋ ਛੁੱਟੀ ਮੰਗੀ ਇਹਨਾਂ ਨੇ ਵੈਸੇ ਭਾਈ ਹੁਣ ਗੱਲ ਇਹ ਆ ਕਿ ਮੈਨੂੰ ਲੱਗਦਾ ਹਰਪਜਨ ਸਿੰਘ ਵੀ ਛੁੱਟੀ ਮੰਗੂਗਾ ਕਿਉਂਕਿ ਹਰਪਜਨ ਸਿੰਘ ਵੀ ਜਦੋਂ ਲੋਕਾਂ ਨੇ ਉਧਰ ਦੀਆਂ ਫੋਟੋਆਂ ਪਾਈਆਂ ਨੱਚਦਾ ਨੁੱਚਦਾ ਫਿਰਦਾ ਸੀਗਾ ਪ੍ਰੋਫੈਸ਼ਨਲ ਬੰਦਾ ਉਹ ਤੇ ਭਈ ਤੇਰਾ ਜਿਲ੍ਹਾ ਡੁੱਬ ਰਿਹਾ ਤੂੰ ਕਿੱਥੇ ਫਿਰਦਾ ਤੋ ਵੀ ਆ ਗਿਆ ਹੁਣ ਮੈਦਾਨ ਚ ਸੀਚੇਵਾਲ ਸਾਹਿਬ ਨੇ ਵੈਸੇ ਫੋਟੋ ਹੀ ਸੀ ਕੀ ਪਤਾ ਸਲਾਹ ਨਾ ਕਰ ਲਈ ਹੋਵੇ ਵੀ ਹੋ ਸਕਦਾ ਜੀ ਹਾਂਜੀ ਆ ਬੂਰੀਆਂ ਬਾਰੀਆਂ ਚੱਕੇ ਚੰਗੀ ਗੱਲ ਹੈ ਚਲੋ ਜੀ ਦੇਰ ਨਾਲ ਸਹੀ ਆਏ ਨੇ ਚੇਤਾ ਆ ਪਰ ਸੀਚੇਵਾਲ ਸਾਹਿਬ ਨੇ ਤੇ ਇਹ ਕਿਹਾ ਕਿ ਭਈ ਮੈਂ ਨਹੀਂ ਜਾਣਾ ਜੀ ਤੇ ਆਪਾਂ ਨੂੰ ਵੀ ਪਤਾ ਕਿ ਸੀਚੇਵਾਲ ਸਾਹਿਬ ਦਾ ਦੁਆਬੇ ਦੇ ਵਿੱਚ ਤੇ ਖਾਸ ਤੌਰ ਤੇ ਕਲਾਕੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਹੈ ਦੇ ਉਹਨਾਂ ਨੇ ਕੰਮ ਵੀ ਕੀਤਾ ਗਰਾਊਂਡ ਲੈਵਲ ਤੇ ਵਿਚਰ ਵੀ ਰਏ ਮਿੰਟੂ ਜੀ ਹੁਣ ਕੰਮ ਵੀ ਕੀਤਾ ਉਹਨਾਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਦੇਖੋ ਸਿਆਸੀ ਚੀਜ਼ਾਂ ਹੋਰ ਹੁੰਦੀਆਂ ਨੇ ਵਿਚਾਰਕੀ ਚੀਜ਼ਾਂ ਹੋਰ ਹੁੰਦੀਆਂ ਨੇ ਪਰ ਜਿਹੜੀ ਸੱਚਾਈ ਆ ਸੱਚਾਈ ਆ ਜੀ ਕਿਹਾਇਤ ਕੀ ਤੁਸੀਂ ਦੇਖੋ ਉਹ ਬੰਨ ਲੱਗਦਾ ਸੀਗਾ ਕਿ ਪੂਰਿਆ ਜਾਊਗਾ ਜਿਹੜਾ ਇਹਨਾਂ ਨੇ ਬੰਨ ਪੂਰਿਆ ਮੈਂ ਪਹਿਲੇ ਦਿਨ ਤੋਂ ਵੇਖਿਆ ਮੈਨੂੰ ਤਾਂ ਇਹ ਲੱਗਦਾ ਸੀ ਮੈਂ ਕਿਹਾ ਯਾਰ ਇਹ ਤਾਂ ਐਵੇਂ ਮੱਥਾ ਮਾਰਨ ਦਾ ਜਦੋਂ ਸ਼ੁਰੂ 'ਚ ਗੱਟੇ ਜੇ ਨਹੀਂ ਸਿੱਟੀ ਜਾਂਦੀ ਸੀ ਉਹ ਜਾਲ ਜਬਨ ਮੈਂ ਕਿਹਾ ਯਾਰ ਏਡਾ ਤੇਜ਼ ਪਾਣੀ ਤੂੰ ਜਦੋਂ ਮਤਲਬ ਕੰਪਲੀਟ ਹੋ ਗਿਆ ਮੈਂ ਵੀ ਹਰਾਨ ਰਹਿ ਗਿਆ ਕਿ ਵਾਕਿਆ ਪੰਜਾਬੀ ਤੇ ਰੁਖ ਮੋੜ ਦਈਏ ਦਰਿਆਵਾਂ ਦੇ ਨਾ ਦਰਿਆਵਾਂ ਦੇ ਰੁਖ ਮੋੜਨਾਂ ਦੀ ਗੱਲ ਆ ਤਾਂ ਖੈਰ ਇਹਨਾਂ ਨੇ ਛੁੱਟੀ ਮੰਗ ਲਈ ਆ ਪਰ ਮੇਰਾ ਮੰਨਣਾ ਹੋਰ ਵੈਸੇ ਤੇ ਉਹਨਾਂ ਦੀ ਜ਼ਰੂਰਤ ਹੈ ਮੈਂ ਜਿਵੇਂ ਕਿਹਾ ਕਿ ਭਾਈ ਉਹਨਾਂ ਦੇ ਪਿੱਛੇ ਸੰਗਤ ਆ ਜਾਂਦੀ ਹੈ ਜੀ ਪੰਜਾਬ ਸਰਕਾਰ ਦੇ ਦਰਬਾਰੇ ਵੀ ਉਹਨਾਂ ਦੀ ਆਵਾਜ਼ ਪਹੁੰਚਦੀ ਆ ਉਹ ਠੀਕ ਹੈ ਇੱਥੋਂ ਤੱਕ ਪਰ ਮੇਰਾ ਥੋੜਾ ਜਿਹਾ ਮੈਂ ਉਹਨਾਂ ਤੋਂ ਵੱਧ ਸੋਚਦਾ ਜਾਂ ਵੱਧ ਲੋਚਦਾ ਹੈ ਜੀ ਵੱਧ ਉਹਨਾਂ ਤੋਂ ਸੋਚਦਾ ਨਹੀਂ ਮਤਲਬ ਕਿ ਉਹਨਾਂ ਤੋਂ ਇਹ ਸੋਚ ਰੱਖਦਾ ਕਿ ਥੋੜਾ ਵੱਧ ਕੇ ਸਾਨੂੰ ਮਿਲੇ ਜੀ ਮਤਲਬ ਦੇਖੋ ਅਸੀਂ ਇੱਥੇ ਕਿਸ ਤਰ੍ਹਾਂ ਲੈਣਾ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧਾ ਤੁਸੀਂ ਰਾਜ ਸਭਾ ਦੇ ਵਿੱਚ ਵੇਖੋਗੇ ਸਾਡੇ ਜਿੰਨੇ ਵੀ ਹੈਗੇ ਨੇ ਸੰਸਦ ਮੈਂਬਰ ਇੱਕ ਚੀਜ਼ ਨੋਟ ਕਰਿਓ ਸਭ ਤੋਂ ਜ਼ਿਆਦਾ ਰਿਸਪੈਕਟ ਸੀਚੇ ਵਾਲ ਸਾਥ ਦੀ ਹੈ ਹਾਂਜੀ ਹਾ ਸੋਸ਼ਲ ਮੀਡੀਆ ਤੇ ਵੀ ਦੇਖ ਲੋ ਜਾਂ ਵੈਸੇ ਵੀ ਦੇਖ ਲੋ ਸਭ ਤੋਂ ਜ਼ਿਆਦਾ ਰਿਸਪੈਕਟ ਸਦਨ ਦੇ ਵਿੱਚ ਹਾਊਸ ਦੇ ਵਿੱਚ ਹਾਂ ਉਧਰ ਹਾਊਸ ਵਾਲੇ ਪਾਸੇ ਹਾਊਸ ਦੇ ਵਿੱਚ ਗੱਲ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਅਪੀਲ ਕਰਾਂਗੇ ਮੈਂ ਪਰਸਨਲੀ ਕਰੂੰਗਾ ਕਿ ਬਾਬਾ ਜੀ ਤੁਹਾਨੂੰ ਇਹ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਹੈ ਤੁਹਾਨੂੰ ਉੱਥੇ ਜਾਣਾ ਚਾਹੀਦਾ ਤੇ ਉੱਥੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿ ਅੱਜ ਪੰਜਾਬ ਬਰਬਾਦ ਹੋਇਆ ਪੰਜਾਬ ਆਪਣੀ ਹੈਲਪ ਆਪ ਕਰ ਰਿਹਾ ਤੁਸੀਂ ਕੱਖ ਨਹੀਂ ਕਰ ਰਹੇ ਸਾਨੂੰ ਕੋਈ ਪੈਕੇਜ ਦੇ ਦਿਓ ਸਾਨੂੰ ਫੌਰੀ ਤੌਰ ਤੇ امداد ਹੈ ਇਹਨਾਂ ਚੀਜ਼ਾਂ ਦੀ 2 ਮਹੀਨੇ ਹਾਲੇ ਮੌਨਸੂਨ ਬਕਾਇਆ ਸਾਡੇ ਵਾਸਤੇ ਆਫਤ ਬਹੁਤ ਵੱਡੀ ਹੋ ਸਕਦੀ ਹੈ ਜੀ ਤਾਂ ਮੈਂ ਸਮਝਦਾ ਕਿ ਜਦੋਂ ਇਹ ਬੋਲਣਗੇ ਨਾ ਤਾਂ ਦੇਸ਼ ਸੁਨੇਗਾ ਜੀ ਹਾਊਸ ਤਾਂ ਸੁਣੇਗਾ ਹੀ ਸੁਨੇਗਾ ਦੇਸ਼ ਸੁਨੇਗਾ ਜੀ ਸੋ ਮੈਂ ਇਸ ਮਾਮਲੇ 'ਚ ਥੋੜਾ ਜਿਹਾ ਵੱਖਰਾ ਸੋਚਦਾ ਤੇ ਕਹ ਲਓ ਥੋੜਾ ਵੱਧ ਲੋਚਦਾ ਇਹਨਾਂ ਤੋਂ ਜੀ ਕਿ ਠੀਕ ਹੈ ਇੱਥੇ ਤਾਂ ਤੁਸੀਂ ਸੇਵਾ ਕਰਨੀ ਆ ਪਰ ਜੇ ਸੈਸ਼ਨ ਚ ਕਿਤੇ 2-4 ਹਾਜ਼ਰੀਆਂ ਦੇ ਵਿੱਚ ਤੁਸੀਂ ਉੱਥੇ ਸ਼ਾਮਲ ਹੋ ਕੇ ਇਹ ਗੱਲ ਜਿਹੜੀ ਉੱਥੇ ਰੱਖੋ ਕਿ ਸਾਡਾ ਨੁਕਸਾਨ ਬਹੁਤ ਹੋ ਗਿਆ ਖੇਤੀ ਪੱਖੋਂ ਘਰਾਂ ਦੇ ਪਰੋਂ ਪਸ਼ੂ ਧਨ ਪਰੋਂ ਬਹੁਤ ਜ਼ਿਆਦਾ ਸਾਡਾ ਨੁਕਸਾਨ ਆ ਖੇਤੀ ਮਸ਼ੀਨਰੀ ਦਾ ਨੁਕਸਾਨ ਹੋ ਗਿਆ ਬਈ ਸਾਡਾ ਕੁਝ ਸੋਚੋ ਵਿਚਾਰੋ ਤੇ ਕਿਉਂਕਿ ਇੱਕ ਚੀਜ਼ ਇਹਨਾਂ ਨੂੰ ਗਾਹ ਮੈਂ ਹੁਣ ਐਡ ਆਨ ਕਰਕੇ ਦੱਸ ਦੇਣਾ ਕਿ ਬਈ ਰਸ਼ੀਆ ਤੇ ਯੂਕਰੇਨ ਦਾ ਜਿਹੜਾ ਉਹ ਬਲੈਕ ਸੀ ਵਾਲਾ ਸਮਝੌਤਾ ਸੀ ਉਹ ਗਿਆ ਟੁੱਟਾ ਜੀ ਤੇ ਦੁਨੀਆ ਤੇ ਅੱਜ ਤੋਂ ਕਹਿ ਲਓ ਕਿਉਂਕਿ ਯੂਨਾਈਟਿਡ ਨੇਸ਼ਨ ਦਾ ਜਿਹੜਾ ਉਹ ਫੂਡ ਦਾ ਪ੍ਰੋਗਰਾਮ ਚੱਲਦਾ ਹੈ ਜੀ ਉਹ ਇਥੋਂ ਇਸੇ ਰਸਤੇ ਤੋਂ ਚੱਲਦਾ ਸੀਗਾ ਉਹ ਸਭ ਕੁਝ ਉਤਲ ਪੁਤਲ ਹੋਣਾ ਬਲੈਕ ਸੀ ਹੈ ਉਹ ਪੜ ਲਿਓ ਜੇ ਕਿਸੇ ਨੇ ਵਿਸਤਾਰ ਨਾਲ ਪੜਨਾ ਹੋਵੇ ਦੁਨੀਆ 'ਚ ਫੂਡ ਕ੍ਰਾਈਸਿਸ ਆ ਰਿਹਾ ਹੈ ਇੰਡੀਆ ਬਹੁਤ ਜਲਦੀ ਤੁਸੀਂ ਦੇਖੋਗੇ ਆਪਣੇ ਐਕਸਪੋਰਟ ਬੰਦ ਕਰਨ ਜਾ ਰਿਹਾ ਸਾਰੀਆਂ ਪਾਬੰਦੀਆਂ ਲਾ ਦੇਗਾ ਚਹ ਚਾਲਿਆ ਕਰਨ ਕਿਆ ਹਾਂਜੀ ਠੀਕ ਹੈ ਕਿਉਂਕਿ ਉਹ ਮੇਰੇ ਖਿਆਲ ਨਾਲ 1 ਸਾਲ ਦਾ ਸੀ ਉਸ ਤੋਂ ਬਾਅਦ ਅੱਗੇ ਨਹੀਂ ਉਹ ਲੱਗੇਗਾ ਹੀ ਲੱਗੇਗਾ ਸਾਰੀਆਂ ਚੀਜ਼ਾਂ ਤੇ ਲੱਗ ਜਾਣਾ ਪੂਰੀ ਦੁਨੀਆ ਚ ਫੂਡ ਨੂੰ ਲੈ ਕੇ ਹਾਹਾਕਾਰਿਆ ਤਾਂ ਤੁਸੀਂ ਉੱਥੇ ਖਲੋ ਕੇ ਗੱਲ ਕਹਿ ਸਕਦੇ ਹੋ ਇਹ ਸਾਡੇ ਵੱਲੋਂ ਰਿਕੁਐਸਟ ਹੈ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਾਂ ਤੁਹਾਡਾ ਕੋਈ ਹੋਰ ਵੀ ਬੋਲ ਸਕਦਾ ਉੱਥੇ ਤੁਸੀਂ ਨਹੀਂ ਜਾਣਾ ਤੇ ਤੁਸੀਂ ਕਹਿ ਦਿਓ ਕਿ ਬਾਈ ਅਸੀਂ ਫੂਡ ਬਸਕਟ ਹੈ ਜੇ ਅਸੀਂ ਡੁੱਬਦੇ ਆ ਨਾ ਜਾਂ ਅਸੀਂ ਸੁੱਕਦੇ ਆ ਉਹਦਾ ਪ੍ਰਭਾਵ ਸਾਰੀ ਦੁਨੀਆ ਤੇ ਤਾਂ ਠੀਕ ਹੈ ਨਹੀਂ ਪਹਿਣਾ ਪਰ ਇੰਡੀਆ ਤੇ ਤੇ ਪਾਏਗਾ ਨਾ ਜੀ ਸਾਰੀ ਦੁਨੀਆ ਦੇ ਹਾਲਾਤ ਹੁਣ ਕੀ ਹੋਣਗੇ ਪਤਾ ਨਹੀਂ ਹੈ ਜੀ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਉੱਥੇ ਵੱਡੇ ਮੰਚ ਤੇ ਕਹਿਣੀਆਂ ਪੈਣਗੀਆਂ ਜੀ ਹੁਣ ਅਸੀਂ ਪੜਦੇ ਪੜਦੇ ਆ ਚਲੋ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਪਰ ਸਾਡੀ ਆਵਾਜ਼ ਬੜੀ ਸੀਮਤ ਜਾਂਦੀ ਹੈ ਹਾਂਜੀ ਸੀਚੇਵਾਲ ਸਾਹਿਬ ਦੀ ਜੇ ਉੱਥੇ ਸਦਨ ਚ ਆਵਾਜ਼ ਗੂੰਜੇਗੀ ਜਾਂ ਹਰਪਜਨ ਸਿੰਘ ਹਰਪਜਨ ਸਿੰਘ ਵੀ ਉਹਨਾਂ ਦਾ ਬਦਲ ਹੋ ਸਕਦੇ ਆ ਜੀ ਕਿ ਇੱਕ ਨੂੰ ਇਹਨਾਂ ਦੋਨਾਂ ਚੋਂ ਇੱਕ ਨੂੰ ਹੋਰ ਕੋਈ ਜਾਵੇ ਜਾਂ ਨਾ ਜਾਵੇ ਚਲੋ ਕੋਈ ਬੋਲੇ ਜਾਂ ਨਾ ਬੋਲੇ ਇਹਨਾਂ ਦੋਵਾਂ ਚੋਂ ਇੱਕ ਆਵਾਜ਼ ਨੂੰ ਉੱਥੇ ਜ਼ਰੂਰ بلند ਹੋਣਾ ਚਾਹੀਦਾ ਹੈ ਇਸ ਮਾਮਲੇ ਵਿੱਚ ਬਿਲਕੁਲ ਬਿਲਕੁਲ ਤੇ ਅਸੀਂ ਤਵਕਕ ਕਰਦੇ ਹਾਂ ਕਿ ਸਾਡੀ ਇਹ ਗੱਲ ਇਹਨਾਂ ਦੇ ਸਮਰਥਕ ਜ਼ਰੂਰ ਪਹੁੰਚਾਉਣ ਜੀ ਜੀ ਬਿਲਕੁਲ ਬਿਲਕੁਲ ਜੀ ਇਧਰੋਂ ਮਨਪ੍ਰੀਤ ਸਿੰਘ ਕਰ ਰਿਹਾ ਹੈ ਭਾਈ ਜੀ ਆਪਣਾ 22 ਜੁਲਾਈ ਨੂੰ ਹਰਪਜਨ ਦੀ ਟੀਮ ਦਾ ਅਫਰੀਦੀ ਦੀ ਟੀਮ ਦੇ ਨਾਲ ਮੈਚ ਹੈ ਬ੍ਰਮਟਨ ਦੇ ਵਿੱਚ ਜੀ ਕਹਿੰਨੇ ਕਿ ਭਾਈ ਉਹ ਸਿਰਫ ਚਲੋ ਉਹ ਤਾਂ ਖਿਡਾਰੀ ਪ੍ਰੋਫੈਸ਼ਨਲ ਨੇ ਜੀ ਉਹਨਾਂ ਨੇ ਤਾਂ ਆਪਦਾ ਕੰਮ ਕਾ ਕਰਨਾ ਹੀ ਹੈ ਤੇ ਅਸੀਂ ਮੈਂ ਉਦੋਂ ਇਸੇ ਕਰਕੇ ਸਵਾਲ ਚੁੱਕੇ ਸਨ ਤੇ ਮੈਨੂੰ ਇਹਨਾਂ ਦੇ ਸਮਰਥਕਾਂ ਨੇ ਬੜਾ ਬੁਰਾ ਭਲਾ ਕਿਹਾ ਸੀਗਾ ਜਦੋਂ ਇਹਨਾਂ ਦੀ ਨਿਯੁਕਤੀ ਹੋਈ ਸੀਗੀ ਹਾਂਜੀ 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 ਬਤੌਰ ਰਾਜ ਸਭਾ ਮੈਂਬਰ ਇਹਨਾਂ ਨੂੰ ਜਦੋਂ ਭੇਜਿਆ ਗਿਆ ਮੈਂ ਉਸ ਵੇਲੇ ਹੀ ਕਿਹਾ ਸੀਗਾ ਕਿ ਹਰਪਜਨ ਸਿੰਘ ਦੇ ਰੂਪੇਵੇਂ ਬਹੁਤ ਨੇ ਹਾਂਜੀ ਦੂਜੀ ਗੱਲ ਉਹ ਬੀਸੀਸੀਆਈ ਦੇ ਨਾਲ ਵੱਜਾ ਹੋਇਆ ਜੀ ਇਹਨਾਂ ਦੀ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਜੀ ਤੇ ਸਾਨੂੰ ਜ਼ਰੂਰ ਤੇ ਆ ਕੇ ਆਜ਼ਾਦ ਤਰੀਕੇ ਨਾਲ ਆਵਾਜ਼ ਜਿਹੜੀ ਹੈ ਨਾ ਉਥੇ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕੇ ਜੀ ਚਲੋ ਉਹ ਵੀ ਛੱਡ ਦਿਓ ਤਾਂ ਘਟੋ ਘਟੇਨਾ ਤਾਂ ਕਰ ਜਾਣਾ ਮੈਚ ਤਾਂ ਖੇਡਣਾ ਹੁਣ ਇੱਕ ਕਮੈਂਟਰੀ ਕਰੀ ਜਾਂਦੇ ਚਲੋ ਉਹਦੇ ਤੇ ਆਪਾਂ ਬਹੁਤ ਵਾਰੀ ਗੱਲ ਕੀਤੀ ਤੇ ਮੌਕਾ ਹੈ ਨਹੀਂਗਾ ਕਿ ਅਸੀਂ ਹੁਣ ਇੱਕ ਦੂਜੇ ਦੀਆਂ ਟੰਗਾ ਖਿੱਚੀ ਜਾਈਏ ਜੀ 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 ਅਸੀਂ ਤੇ ਇਹੀ ਕਹਿੰਦੇ ਆ ਕਿ ਉਥੇ ਆਵਾਜ਼ ਬੁਲੰਦ ਕਰੋ ਕਿ ਆਉਣ ਵਾਲੇ ਸਮੇਂ 'ਚ ਇੱਕ ਪਾਸੇ ਫੂਡ ਕ੍ਰਾਈਸਿਸ ਹੈ ਪੂਰੀ ਦੁਨੀਆ ਦਾ ਦੂਸਰੇ ਪਾਸੇ ਅਸੀਂ ਪੈਦਾਵਾਰ ਕਰ ਰਹੇ ਹਾਂ ਜੀ ਤੁਹਾਡੇ ਅਨਾਜ ਭੰਡਾਰ ਦੇ ਵਿੱਚ ਸਾਡਾ ਕੰਟਰੀਬਿਊਸ਼ਨ 40% ਦਾ ਭੰਡਾਰ ਘਟ ਰਿਹਾ ਮੈਂ ਉਹਦੀ ਵੀ ਰਿਪੋਰਟ ਕੱਢ ਕੇ ਲਿਆਵਾਂਗਾ ਕਿ ਭੰਡਾਰ ਕਿਵੇਂ ਘਟ ਰਿਹਾ ਤੋਂ ਦੱਸ ਦੇਵਾਂਗੇ ਆਪਾਂ ਜੇ ਇਹਨਾਂ ਨੂੰ ਅੰਕੜੇ ਚਾਹੀਦੇ ਹੋਣਗੇ ਅਸੀਂ ਅੰਕੜੇ ਵੈਸੇ ਤੇ ਇਹਨਾਂ ਦੇ ਕੋਲ ਸਾਰਾ ਕੁਝ ਹੁੰਦਾ ਹੈ ਜੇ ਕਹਣਗੇ ਤੇ ਮੈਂ ਅੰਕੜੇ ਵੀ ਬੋਲ ਦੇਵਾਂਗਾ ਕਿ ਸਾਡਾ ਫੂਡ ਭੰਡਾਰ ਕਿਦਾਂ ਘਟ ਰਿਹਾ ਸੋ ਜ਼ਰੂਰੀ ਹੈ ਕਿ ਇਹਨਾਂ ਦੋਨਾਂ ਆਵਾਜ਼ਾਂ ਚੋਂ ਇੱਕ ਆਵਾਜ਼ ਉੱਥੇ ਮੌਜੂਦ ਰਹੇ ਮੇਰਾ ਮੰਨਣਾ ਇਹ ਹੈ ਕਿ ਤੁਸੀਂ ਉੱਥੇ ਐਕਸਪਲੇਨ ਕਰੋ ਕਿ ਦੁਨੀਆ ਦਾ ਫੂਡ ਕ੍ਰਾਈਸਿਸ ਜਿਹੜਾ ਵੱਧ ਰਿਹਾ ਤੇ ਅਸੀਂ ਇੰਨੇ ਜੋਗੇ ਹੈਗੇ ਆ ਕਿ ਅਸੀਂ ਆਪਣਾ ਮੁਲਕ ਜਿਹੜਾ ਭੁੱਖਾ ਨਹੀਂ ਮਰਨ ਦਿੰਦੇ ਪਰ ਤੁਸੀਂ ਸਾਡੀ ਸਹਾਇਤਾ ਕਰੋ ਹਾਂਜੀ ਇਸ ਵੇਲੇ ਘਟੋ ਘਟ ਕਰੋ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਤੇ ਇਧਰੋਂ ਮਿੰਟੂ ਜੀ ਕਹਿੰਦੇ ਕਿ ਜੱਟ ਆਨ ਫੈਰ ਕਰ ਰਿਹਾ ਇਸ ਤੋਂ ਵੀ ਇੱਕ ਵੱਡਾ ਪਾੜ ਸੀ ਜੀ ਉਹ ਵੀ ਪੂਰਿਆ ਜੀ ਕਹਿੰਦੇ ਇਹਨਾਂ ਨੇ ਤੇ ਨਾਲ ਹੀ ਮੱਗੇ ਚੱਲਦਾ ਮਿੰਟੂ ਜੀ ਕਹਿੰਦੇ ਕਿ ਜੀ ਇੱਥੇ ਆਰਡੀਨੈਂਸ ਦੇ ਉੱਤੇ VOTING ਵੀ ਹੋਣੀ ਆ ਤੇ ਮੈਨੂੰ ਨਹੀਂ ਲੱਗਦਾ ਅਮਰਪਾਲ ਜੀ ਵੀ ਕਹਿ ਰਿਹਾ ਕਹਿੰਦੇ ਕਿ ਬਈ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਨਹੀਂ ਛੁੱਟੀ ਦੇਣੀ ਆ ਉਸ ਨੂੰ ਹਾਂਜੀ ਉਹ ਜੇ ਉੱਥੇ ਜਾਂਦੇ ਨੇ ਹਾਂਜੀ ਤੇ ਦੂਜੇ ਥਾਂ ਤੇ ਗਹਿਰਾ ਜਰ ਰਹਿੰਦੇ ਆ ਫਿਰ ਬੜੇ ਵੱਡੇ ਸਵਾਲ ਪੈਦਾ ਹੁੰਦੇ ਚਲੋ ਸੇਵਾ ਆਪਣੀ ਜਗ੍ਹਾ ਦੇਖੋ ਉਸ ਚੀਜ਼ ਦਾ ਤਾਂ ਕੋਈ ਮਤਲਬ ਕਿ ਕੋਈ ਆਲੋਚਨਾਤਮਕ ਪੱਖ ਹੋ ਹੀ ਨਹੀਂ ਸਕਦਾ ਮੈਂ ਕਦੇ ਵੀ ਕਿਸੇ ਦੀ ਸੇਵਾ ਜਾਂ ਆਸਥਾ ਤੇ ਸਵਾਲ ਚੁੱਕਣ ਵਾਲਾ ਬੰਦਾ ਨਹੀਂ ਕਿਤੇ ਜਾਣੇ ਅਣਜਾਣੇ ਚ ਗਲਤੀ ਹੋ ਜਾਵੇ ਤੇ ਉਹਦੇ ਵਾਸਤੇ ਮਾਫੀਆਂ ਨੇ ਪਰ ਗੱਲ ਇਹ ਆ ਕਿ ਦੇਖੋ ਉੱਥੇ ਹੁਣ ਜੇ ਤੁਸੀਂ VOTING ਕਰਨ ਵਾਸਤੇ ਜਾਓ ਇਕੱਲਾ ਹਾਂ ਤਾਂ ਫਿਰ ਫਿਰ ਨਹੀਂ ਠੀਕਾ ਫਿਰ ਨਹੀਂ ਠੀਕਾ ਚਲੋ ਉਹ ਤਾਂ ਪਾਰਟੀ ਲਾਈਨ ਹੈ ਤੁਹਾਡੀ ਉਹ ਤਾਂ ਇਸ ਵੇਲੇ ਕੌਮੀ ਪੱਧਰ ਤੇ ਜੋ ਮੋਰਚਾ ਬਣਿਆ ਚਲੋ ਉਹਦੀ ਡਿਮਾਂਡ ਹੋ ਸਕਦੀ ਸਾਰਾ ਕੁਝ ਉਹ ਆਪਣੀ ਜਗ੍ਹਾ ਪਰ ਅੱਜ ਆਪਾਂ ਨੂੰ ਜ਼ਰੂਰਤ ਹੈ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਹਟ ਕੇ ਵੇਖੀਏ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਬਿਲਕੁਲ ਠਟਕਟ ਕੇ ਮਤਲਬ ਬੋਲਣ ਦਾ ਵੀ ਸਮਾਂ ਤਾਂ ਉੱਥੇ ਲਾਓ ਨਾ ਇੱਕ ਜਾਂ ਦੋ ਦਿਨ ਪਹਿਲਾਂ ਚਾਹ ਮਿਲੇ ਤੁਹਾਨੂੰ ਮੈਂ ਤਾਂ ਕਿਹਾ ਕਿ ਉਹਨਾਂ ਚ ਕੋਈ ਵੀ ਬੋਲ ਪਵੇ ਨਾ ਦੋਨਾਂ ਹੀ ਰਾਜ ਸਭਾ ਦੇ ਮੈਂਬਰਾਂ ਚ ਕੋਈ ਵੀ ਉੱਥੇ ਬੋਲੇਗਾ ਉਹਦਾ ਦੂਜੇ ਵੀ ਬੋਲਦੇ ਰਗਵ ਚੱਡਾ ਬਹੁਤ ਬੋਲਦੇ ਨੇ ਹਾਂਜੀ ਪੂਰਾ ਗੱਲ ਹਾਂਜੀ ਬਹੁਤ ਮੈਂ ਪਿਛਲੇ ਸੈਸ਼ਨ ਚ ਦੇਖਿਆ ਸੀ ਬੈਸਟ ਮੇਰੀ ਨਜ਼ਰ ਦੇ ਵਿੱਚ ਉਹ ਸਨ ਜੀ ਰਗਵ ਚੱਡਾ ਜੀ ਬੈਸਟ ਉਹੀ ਸਨ ਕਿ ਬਹੁਤ ਉਹਨਾਂ ਨੇ ਮਤਲਬ ਕਿ شدت ਦੇ ਨਾਲ ਮੁੱਦੇ ਚੁੱਕੇ ਪਰ ਜੋ ਅਸਰ ਇਹਨਾਂ ਦਾ ਹੈ ਨਾ ਦੋ ਸ਼ਖਸੀਅਤਾਂ ਦਾ ਉਹ ਦੂਜੇ ਦਾ ਅਸਰ ਨਹੀਂ ਹੈ ਭਾਵੇਂ 2 ਮਿੰਟ ਬੋਲਣ 4 ਮਿੰਟ ਬੋਲੋ ਨਾ ਇਹਨਾਂ ਦੀ ਆਵਾਜ਼ ਨੋਟਿਸ ਹੋਏਗੀ ਹਾਂਜੀ ਬਿਲਕੁਲ ਬਿਲਕੁਲ